ਇੱਕ ਘੰਟੇ ਚੱਲਿਆ ਜੀ ਇਹ 400 ਤੋਂ ਕੁਝ ਘੰਟੇ ਚੱਲਿਆ 25000 ਰੁਪਿਆ ਮਿੱਤਰੋ ਵੀਡੀਓ ਦੇਖ ਕੇ ਆ ਜਓ ਆ ਟਰੈਕਟਰ ਦੇ ਵਿੱਚੋਂ ਘੜ ਜੂਸ ਲਾ ਕੇ ਜਿਵੇਂ ਆ ਦੇਖ ਸਕਦੇ ਹੋ ਏਜੰਸੀਆਂ ਦੇ ਸਾਰੇ ਸਟੈਂਪਾਂ ਉਮੀ ਲੱਗੀਆਂ ਹੋਆਂ 600 ਘੰਟਾ ਚੱਲਿਆ ਫਿਰ 600 ਘੰਟਾ ਚੱਲਿਆ ਮਿੱਤਰੋ ਟਰੈਕਟਰ ਇਹ ਸਾਨੂੰ ਦੱਸਿਆ ਜੀ 500 ਤੋਂ 1000 ਦੇ ਵਿੱਚ ਵਿੱਚ ਹੀ ਗੱਲਬਾਤ ਰਹੂਗੀ 20 ਮਾਡਲ ਆ ਜੀ 20 ਮਾਡਲ ਆ ਤੇ 740 ਘੰਟੇ ਚੱਲਿਆ ਟਰੈਕਟਰ ਇਹ 20000 ਰੁਪਿਆ ਘਟ ਗਿਆ ਮਿੱਤਰੋ ਜਿਹੜਾ ਵੀਡੀਓ ਦੇਖ ਕੇ ਆਉਂਦਾ ਸ਼ੇਅਰ ਕਰਕੇ ਆਉਂਦਾ ਤੇ ਸੇਰੜਾ ਬਟਨ ਜਰੂਰ ਦਬ ਕੇ ਆਇਓ ਫੇਰ ਕਰਕੇ ਆਵੇ ਉਹ ਚੋਂ ਪੰਜ ਚਾਰ ਹੋਰ ਵੀ ਮਾਨ ਕਰ ਦਿਆਂਗੇ ਲੈ ਵੀ ਮਿੱਤਰ 10000 ਘੰਟਾ ਚੱਲਿਆ ਆਪਣਾ ਲੋਕਲ ਹੀ ਨੰਬਰ ਹੈ ਵਿੱਚ ਗਰਾਉਂਡ ਹਜੇ ਟਰੱਕ ਰਾਏ ਤੇ ਵੀ ਮਿਲ ਜਾਂਦਾ ਮਿੱਤਰ ਜੇ ਕਿਸੇ ਵੀਨੇ ਲੈਣਾ ਹੋਵੇ 4/4 ਵੀ ਆ 2 ਵੀਲ ਵੀ ਮਿਲ ਜਾਂਦੇ ਹੋ ਜਾਊਗਾ ਜੀ ਘੱਟ 20000 ਰੁਪਏ ਚੋਂ ਘੱਟ ਹੋਊ 20000 ਰੁਪਏ ਮਿੱਤਰੋ ਇਹਦੇ ਚੋਂ ਘੱਟ ਹੋ ਜੂ ਸੀਜ਼ਨ ਦੀ ਗਾਰੰਟੀ ਆਪਾਂ ਲੈ ਲਾਂਗੇ ਬਾਈ ਬਿਆਨ ਤੋਂ ਦੇ ਦੇਾਂਗੇ ਯਾਰ ਸੀਜ਼ਨ ਦੀ ਗਾਰੰਟੀ ਆਪਾਂ ਚਲਾਵੇ ਵਧੀਆ ਸਾਂਗ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਮਿੱਤਰੋ ਸੋਡੇ ਬਾਤ ਤੇ ਲੈ ਕੇ ਆਇਆ ਟਰੈਕਟਰਾਂ ਵਾਲਾ ਬੜਾ ਵੱਡਾ ਖਜ਼ਾਨਾ ਜਿਉਂਕਿ ਵੀਰ ਏਜੰਸੀ ਨੂੰ ਸਿੱਧਾ ਹੋਇਆ ਜਾਂਦਾ ਵੀ ਟਰੈਕਟਰ ਮੈਂ ਨਵਾਂ ਲੈਣਾ ਤਾਂ ਉਹ ਰੁਕ ਜੇ ਕਿਉਂਕਿ ਬਾਈ ਬਿਆੰਤ ਕੋਲ ਮਿੱਤਰੋ ਟਰੈਕਟਰ 500 ਤੋਂ 1000 1000 ਘੰਟਾ ਚੱਲੇ ਟਰੈਕਟਰ ਜਮਾਂ ਨਵੀਂ ਕੰਡੀਸ਼ਨ ਤੋਂ ਨੂੰ ਏਜੰਸੀ ਨਾਲੋਂ ਸਸਤੇ ਰੇਟ ਦੇ ਵਿੱਚ ਮਿਲ ਜਾਣਗੇ ਤੇ ਸਭ ਤੋਂ ਵੱਡੀ ਗੱਲ ਕਿਸਾਨ ਵੀਰ ਤੋਂ ਡਾਇਰੈਕਟ ਟਰੈਕਟਰ ਚੱਕਦੇ ਆ ਬਾਈ ਤੇ ਅੱਜ ਤੱਕ ਜਿੰਨੇ ਟਰੈਕਟਰ ਦਿੱਤੇ ਆ ਕਿਸੇ ਦਾ ਹਲੇ ਤ ਤੇ ਬਾਕੀ ਆਪਾਂ ਖੜੇ ਆ ਜੀ ਪਿੰਡ ਦੌਦਰ ਜ਼ਿਲ੍ਹਾ ਮੋਗਾ ਦੇ ਵਿੱਚ ਸਾਰੀ ਗੱਲਬਾਤ ਬਈ ਬੇਅੰਤਨਾ ਕਰਾਵਾਂਗੇ ਇਸੇ ਗੱਲ 'ਵੀ ਆਂ। ਸਤਿ ਸ਼੍ਰੀ ਅਕਾਲ ਜੀ। ਸੁਆਗਤ ਆ ਆਪਣੇ ਵੀਰ ਤੇ। ਧੰਨਵਾਦ ਜੀ ਤੁਹਾਡਾ। ਤੇ ਕਿੰਨੇ ਟਰੈਕਟਰ ਦਿਖਾਵ ਮੈਨੂੰ ਦਿਖਾਉਣੇ ਆ ਜੀ ਆਪਾਂ? ਆ ਮੇਰੇ ਕੋਲ ਹੈਗੇ 12-13 ਟਰੈਕਟਰ। 12 ਤੋਂ 13 ਟਰੈਕਟਰ ਦਿਖਾਵਾਂਗੇ ਤੇ ਦਿਖਾਵਾਂਗੇ ਵੀ ਜਮ੍ਹਾਂ ਜਿਵੇਂ ਕਹਦੀ ਹੈ ਹੀਰੇ। ਹਾਂਜੀ ਹਾਂਜੀ। ਖਰਾਨਚੋਂ ਨਿਕਲੇ ਵੀ। ਤੇ ਆ ਕਿੰਨੇ ਮਾਡਲ ਆ ਜੀ ਟਰੈਕਟਰ? ਇਹ 2020 ਮਾਡਲ ਆ ਜੀ 5620। ਠੀਕ ਆ 2020 ਮਾਡਲ ਆ ਜੀ ਟਰੈਕਟਰ 5 800 ਘੰਟੇ ਚੱਲਿਆ ਤੇ 800 ਘੰਟੇ ਲਾ ਲਓ ਵੀ ਬਹੁਤ ਘੱਟ ਚੱਲਿਆ ਵਾ ਟਰੈਕਟਰ ਆ ਨਾ ਫਾਸਟ ਆਉਂਦਰਾ ਜੀ ਫਾਸਟ ਆਉਂਦਰਾ ਤੇ ਡਿਮਾਂਡ ਕੀ ਰੱਖੀ ਹੈ ਬਈ 10 ਲੱਖ 75000 ਰੁਪਿਆ ਮੰਗਦਾ ਠੀਕ ਹੈ 10 ਲੱਖ ਤੇ 75000 ਤਾਂ ਹੋ ਗਈ ਡਿਮਾਂਡ ਬਈ ਸਾਡੀ ਹਾਂ ਜੀ ਹਾਂ ਜੀ ਜੇ ਕੋਈ ਬੰਦਾ ਦੇਖ ਕੇ ਆਉਂਦਾ ਵੀਡੀਓ ਤੇ ਕਹਿੰਦਾ ਵੀ 10 ਲੱਖ 75000 ਤਾਂ ਬਾਲਾ ਜਿਹਾ ਲੱਗਦਾ ਹੁੰਦਾ ਬੰਦੇ ਨੂੰ ਕਿੰਨੇ ਤੱਕ ਦਾ ਜਿਵੇਂ ਕਹਦੀ ਇਹ ਡਿਮਾਂਡ ਆ ਤੇ ਦੇਣਾ ਕਿੰਨੇ ਦਾ ਜੇ ਬੰਦਾ ਸਾਡੇ ਕੋਲ 30000 ਰੁਪਿਆ ਤਲਾ ਚੱਕ ਦਾਂਗੇ 1.5 ਦਾ ਦੇ ਦਿੰਦੇ 22000 ਰੁਪਇਆ ਮਿੱਤਰੋ ਵੀਡੀਓ ਦੇਖ ਕੇ ਆ ਜਿਓ ਆ ਟਰੈਕਟਰ ਦੇ ਵਿੱਚੋਂ ਕੱਢ ਜੂ ਸਾਢੇ 1.5 ਲੱਖ ਰੁਪਇਆ ਦਾ ਟਰੈਕਟਰ ਰਹਿ ਗਿਆ ਤੇ ਜੇ ਕੀ ਹੈਰੀ ਕਿਸਾਨ ਵੀਰ ਕਹਿੰਦਾ ਵੀ ਮੈਂ 4x4 ਲੈ ਕੇ ਜਾਣਾ ਤੇ 2 ਵੀਲ ਮੇਰੇ ਕੋਲ ਟਰੈਕਟਰ ਹੈਗਾ ਤੇ ਉਹ ਵਿੱਚ ਕੱਟਾ ਜਾਣਾ ਭਰਾਵਾ ਨਵਾਂ ਮਾਡਲ ਹੋਊ ਤਾਂ ਜ਼ਰੂਰ ਕਟਾਂਗੇ ਵੀਰੇ ਆਪਣੇ ਕੋਲੇ ਨਵੇਂ ਮਾਡਲ ਟਰੈਕਟਰ ਹੁੰਦੇ ਆ ਠੀਕ ਹੈ ਜੇ ਉਹਦਾ ਨਵੇਂ ਵਰਗਾ 2 ਵੀਲੂ ਤਾਂ ਜ਼ਰੂਰ ਕਟਾਂਗੇ ਠੀਕ ਹੈ ਤੇ ਲੋਨ ਦੀ ਸੌਦਾ ਹਾਂ ਉਹ ਵੀ ਕਰਵਾ ਦਿੰਨੇ ਆ ਮੇਰੇ ਕਿਉਂਕਿ ਜਦੋਂ ਬੰਦੇ ਨੇ ਐਡਾ ਟਰੈਕਟਰ ਲੈਣਾ ਤਾਂ ਕਿਸਾਨ ਵੀ ਜ਼ਿਆਦਾਤਰ ਲੋਨ ਕਨੇ ਹੋਂਦਾ ਵੀ ਲੋਨ ਵੀ ਹੋ ਜੇ ਤਾਂ ਵਾੜੀ ਵਧੀਆ ਹਾਂਜੀ ਕਰਵਾ ਦਿੰਨੇ ਆ ਜੀ ਠੀਕ ਹੈ ਲੋਨ ਦੀ ਸੌਦਾ ਵੀ ਹੈਗੀ ਆ ਮਿੱਤਰੋ ਲੋਨ ਵੀ ਹੋ ਜੂ ਟਰੈਕਟਰ ਦੇ ਉੱਤੇ ਤੇ ਉਦੋਂ ਅੱਗੇ ਆ ਗਿਆ ਜੀ ਅਰਜਨ ਨੋਵੋ 605 ਇਹ ਕਿੰਨਾ ਮਾਡਲ ਆ ਟਰੈਕਟਰ ਜੀ ਇਹ 2020 ਮਾਡਲ ਇਹ ਆ ਜੀ ਠੀਕ ਹੈ 2020 ਮਾਡਲ ਆ ਤੇ ਇੱਕ ਗੱਲ ਹੋਰ ਵਿੱਚ ਰਹੇਗੀ ਜਿਵੇਂ ਹੌਲੈਂਡ ਦੀ ਆਪਾਂ ਪੁੱਛਣੀ ਭੁੱਲ ਗਏ ਤੇ ਟਰੈਕਟਰ ਪੰਜਾਬ ਨੰਬਰੀ ਹੁੰਦੇ ਆਪਣੇ ਕੋਲ ਪੰਜਾਬ ਨੰਬਰ ਹੁੰਦੇ ਆ ਲੋਨ ਕਲੀਅਰ ਹੁੰ ਕਿ ਜੇ ਨਗਦ ਕੈਸ਼ ਦੇ ਹੁੰਦਾ ਤੇ ਲੋਨ ਕਲੀਅਰ ਮਿਲੂ ਜੇ ਹੋਇਆ ਹੋਇਆ ਤੇ ਇਹ ਵੀ ਪੀਵੀ ਨੰਬਰੀ ਆ ਹਨਾ ਇਹ ਵੀ ਆਬ ਨੰਬਰੀ ਆ ਇਹ ਵੀ ਫਸਟ ਓਨਰ ਆ ਤੇ ਇਹ ਕਿੰਨਾ ਚੱਲਿਆ ਜੀ 20 ਮਾਡਲ ਇਹ 650 ਘੰਟਾ ਚੱਲਿਆ ਜੀ 650 ਘੰਟਾ ਚੱਲਿਆ ਮਿੱਤਰੋ ਅਰਜਨ ਨੋਵੋ ਤੇ ਕੰਡੀਸ਼ਨ ਦੇਖ ਸਕਦੇ ਹੋ ਜਮਾ ਜਾਂਸੀ ਵਾਲੀ ਕੰਡੀਸ਼ਨ ਪਈ ਆ ਤੇ ਸੋਹ ਦੇ ਵਿੱਚ ਵੀ ਜਿਵੇਂ ਕਹੇ ਦੀ ਸੂਰਜ ਜਿਹਾ ਵੱਜ ਕੇ ਮੁੜਦਾ ਹਨਾ ਰਾਈਟਰ ਨੇ ਤੇ ਇਹ ਕਿੰਨੇ ਦਾ ਦੇਣਾ ਹੋਣਾ ਇਹ 8 ਲੱਖ 45000 ਰੁਪਏ ਡਿਮਾਂਡ ਆ ਬਾਕੀ ਜਿਵੇਂ ਕਹੋਗੇ ਗਾਗਨ ਮੋੜ ਤੇ ਨਹੀਂ ਕਰ ਲਾਂਗੇ ਠੀਕ ਹੈ 8 ਲੱਖ ਤੇ 45000 ਰੁਪਿਆ ਡਿਮਾਂਡ ਆ ਮਿੱਤਰੋ ਬਾਕੀ ਤੁਹਾਨੂੰ ਪਤਾ ਵੀ ਰੇਟ ਆ ਜਿਹੜਾ ਮੌਕੇ ਦਾ ਹੁੰਦਾ ਜਦੋਂ ਤੁਸੀਂ ਇੱਕ ਵਾਰ ਤੀਜ ਕੋਲ ਆਵੋਗੇ ਦੇਖੋਗੇ ਚਲਾਓਗੇ ਤੁਹਾਨੂੰ ਪਤਾ ਲੱਗੂ ਕੀ ਆ ਗੱਲਬਾਤ ਹੈ ਨਾ ਹਾਂਜੀ ਹਾਂਜੀ ਜਿਵੇਂ ਕਹਦੀ ਆ ਵੀਡੀਓ ਦੇ ਵਿੱਚ ਵੀ ਆਪਾਂ ਓਵੇਂ ਟਰੈਕਟਰ ਸਾਨੂੰ ਦੱਸ ਆ ਦੇ ਵੀ ਆਹ ਮਾਡਲ ਆ ਕੰਡੀਸ਼ਨ ਤੁਸੀਂ ਦੇਖ ਲਈ ਹੈ ਨਾ ਸਟਾਰਟ ਕਰਕੇ ਗੇੜਾ ਦੇ ਕੇ ਆਪਦੀ ਤਸੱਲੀ ਕਰਕੇ ਫਿਰ ਦੇਖਿਓ ਵੀ ਗੱਲਬਾਤ ਹੈਗੀ ਆ ਜਿੱਦਾਂ ਦੇ ਵੀਡੀਓ ਚ ਕੰਡੀਸ਼ਨ ਆ ਜੀ ਗਾ ਕਾ ਕੇ ਦੇਖੂਗਾ ਉਦਾਂ ਦੀ ਕੰਡੀਸ਼ਨ ਨਹੀਂ ਹੋਊਗੀ ਠੀਕ ਹੈ ਉਹ ਹੀ ਨਿਬੜੂਗਾ ਜਿਵੇਂ ਕਹਦੀ ਆ ਜਿਹੜੀ ਗੱਲ ਕਹੀ ਸੀ ਤੇ ਹੁਣ ਕਿੰਨੇ ਕਿੰਨੇ ਦਾ ਵਣਜੂ ਮਤਲਬ 8 ਲੱਖ 45000 ਦੀ ਡਿਮਾਂਡ ਹੋਗੀ ਆਪਣੀ ਹਾਂਜੀ ਹਾਂਜੀ ਇਹ ਹੋਜੂਗਾ ਜੀ ਘੱਟ 20000 ਰੁਪਏ ਚੋਂ ਘੱਟ ਹੋਊ 20000 ਰੁਪਏ ਮਿੱਤਰ ਤੇ ਡਿਸਕਾਊਂਟ ਹੋਈ ਜਾਣਗੇ ਲਾਪਗ ਤੇ ਅੱਜ ਉਹ ਵੀਰ ਕੋਲ ਲੈ ਕੇ ਆਇਆ ਜਿਹੜਾ ਖੁੱਲੇ ਜੇ ਦਿਲ ਨਾਲ ਹੀ ਟਰੈਕਟਰ ਲਿਆਉਂਦਾ ਤੇ ਲਿਆਉਂਦਾ ਵੀ ਜਮਾਂ ਨਵੀਂ ਆ ਹਾਂਜੀ ਤੇ ਇਹ ਹੌਲੈਂਡ ਆ ਗਿਆ ਜੀ ਸਪੈਸ਼ਲ ਐਡੀਸ਼ਨ 3630 ਕਿੰਨਾ ਮਾਡਲ ਆ ਜੀ ਇਹ 2021 ਮਾਡਲ ਆ ਜੀ ਠੀਕ ਆ 2021 ਮਾਡਲ ਆ ਤੇ ਜਿੰਨੀ ਐਸੈਸਰੀ ਸੋਨੂੰ ਮਿੱਤਰੋ ਵੀਡੀਓ ਦੇ ਵਿੱਚ ਲੱਗੀ ਦੀ ਸੀ ਜਾਂਦੀ ਆ ਟਰੈਕਟਰ ਦੀ ਸਾਰੀ ਮਿਲੂ ਜਿਵੇਂ ਦੇ ਘੋੜਾ ਬੰਪਰ ਲੱਗਿਆ ਹੋਆ ਹੱਡ ਹੱਡ ਸਾਰਾ ਕੁਝ ਲੱਗਿਆ ਹੋਆ ਨਾਲੇ ਮਿਲੂ ਤੇ ਜਿਵੇਂ ਕਹਦੇ ਪੂਰੇ ਸ਼ੌਂਕੀ ਬੰਦੇ ਕੋਲ ਟਰੈਕਟਰ ਆ। ਉਦਾਂ ਖੜਿਆ ਜੀ ਉਦਾਂ ਸਮਾਨ ਹੁੰਦਾ। ਪੂਰਾ ਕੰਪਲੀਟ ਹੀ ਮੈਂ। ਤੇ ਸਭ ਤੋਂ ਵੱਡੀ ਗੱਲ ਕਿੰਨਾ ਚੱਲਿਆ ਜੀ? 600 ਘੰਟਾ। 600 ਘੰਟਾ ਚੱਲਿਆ ਫਿਰੇ। 600 ਘੰਟਾ ਚੱਲਿਆ ਮਿੱਤਰੋ ਟਰੈਕਟਰ ਇਹ ਸਾਨੂੰ ਦੱਸਿਆ ਜੀ 500 ਤੋਂ 1000 ਦੇ ਵਿੱਚ ਵਿੱਚ ਹੀ ਗੱਲਬਾਤ ਰਹੂਗੀ। ਹਾਂਜੀ ਹਾਂਜੀ। ਤੇ ਇਹ ਕਿੰਨੇ ਦਾ ਦੇਣਾ ਜੀ ਆਪਾਂ? 8 ਲੱਖ। 10000 ਡਿਮਾਂਡ ਆ ਜੀ ਇਹਦੀ। 10000 ਤਾਂ ਹੋ ਗਈ ਬਾਈ ਡਿਮਾਂਡ ਸੋਡੀ ਜੀ ਤਾਂ। ਹਾਂਜੀ ਹਾਂਜੀ। ਤੇ ਹੁਣ ਦੇਣਾ ਕਿੰਨੇ ਦਾ ਕਿਸਾਨ ਵੀਰ ਨੂੰ? ਦੇਖ ਲਓ ਜਿੰਨਾ ਕਿ ਤੁਸੀਂ ਕਹੋਗੇ ਕਰ ਲਈ ਮਿੱਤਰੋ 10000 ਰੁਪਇਆ ਘਟਾਏ ਨੇ ਪੂਰੇ 8 ਦਾ ਕਰ ਦਿੰਨੇ ਆ ਬਾਕੀ ਤੁਸੀਂ ਆ ਕੇ ਘਟਾ ਲਿਓ 15 ਘਟਾ ਦਿਓ 5 ਹੋਰ ਘਟਾ 15 ਹੋਰ 15 ਘਟਾ ਦਿਓ ਬਾਈ ਫਿਰ ਤਾਂ ਕਹਿੰਦਾ 7 ਲੱਖ ਤੇ 95000 ਰੁਪਇਆ ਦਾ ਟਰੈਕਟਰ ਰਹਿ ਗਿਆ ਮਿੱਤਰੋ ਆਹ ਇਹਦੇ ਵਿੱਚੋਂ 15000 ਰੁਪਇਆ ਘਟ ਗਿਆ ਤੇ ਜਿਵੇਂ ਕਿ ਦੀ ਕੰਡੀਸ਼ਨ ਜਮਾ ਓਕੇ ਸਾਰਾ ਓਰੀਜਨਲ ਨਾਲ ਦੇ ਟਰਾ ਤੇ ਇੰਜਨ ਗੇਅਰ ਤੇ ਕਾਗਜ਼ ਪੂਰੇ ਮਿਲਣਗੇ ਆਪਾਂ ਗਰੰਟੀ ਆ ਕੋਲੇ ਆਪਣੇ ਹਾਜ਼ਰ ਠੀਕ ਹੈ ਕਾਗਜ਼ ਪੱਤਰ ਵੀ ਓਕੇ ਹੋ ਇੰਜਨ ਗੇਅਰ ਵੀ ਓਕੇ ਹੋ ਟਰੈਕਟਰ ਦਾ ਤੇ ਜਿਵੇਂ ਇੱਕ ਕਿਸਾਨ ਵੀਰ ਨੂੰ ਆਉਂਦਾ ਵੀ ਕਿਰਾਏ ਤੇ ਟਰੈਕਟਰ ਆਪਣੇ ਕੋਲ ਉਹ ਸੌਦਾ ਵੀ ਹੈਗੀ ਆ। ਹਾਂਜੀ ਹਾਂਜੀ ਕਿਰਾਏ ਤੇ ਵੀ ਦੇ ਦਿੰਦੇ। ਟਰੈਕਟਰ ਕਿਰਾਏ ਤੇ ਵੀ ਮਿਲ ਜਾਂਦਾ ਮਿੱਤਰੋ ਜੇ ਕਿਸੇ ਵੀਰ ਨੇ ਲੈਣਾ ਹੋਵੇ 4x4 ਵੀ ਆ 2 ਵੀਲ ਵੀ ਮਿਲ ਜਾਂਦੇ ਆ ਤੂੜੀ ਵਾਲੀ ਮਸ਼ੀਨ ਤੇ ਚੱਲਣੇ ਆ ਉਹਦੋਂ ਵੀ ਦਿੰਨੇ ਆ ਕਿਰਾਏ ਤੇ। ਠੀਕ ਹੈ। ਜੇ ਮੱਕੀ ਵਾਲੀ ਤੇ ਚੱਲਣੇ ਆ। ਠੀਕ ਹੈ। ਤੇ ਹੁਣ ਚੱਲ ਗਏ ਆ ਜਿਵੇਂ ਆ ਬੈਲਰ ਤੇ। ਠੀਕ ਹੈ। ਦੇ ਦੇ ਦਿਆ। ਮਤਲਬ ਕਿਰਾਏ ਤੇ ਵੀ ਟਰੈਕਟਰ ਮਿਲ ਜਾਂਦਾ ਮਿੱਤਰੋ ਜਿਹੜੇ ਮਰਜ਼ੀ ਕੰਮ ਤੁਸੀਂ ਲੈ ਸਕਦੇ ਹੋ। ਪਰ ਦਿੰਨੇ ਆ ਸੀ 20-25 ਕਿਲੋਮੀਟਰ ਏਰੀਆ ਚਾ ਦੂਰ ਨਹੀਂ। 25 ਕਿ ਜਿਵੇਂ ਕਿ ਜੀ ਮੋਗਾ ਜ਼ਿਲ੍ਹਾ ਬੰਗਾ ਦਾ ਪਿੰਡ ਜਾਓ ਜਰਾ ਹਾਂ ਕੋਈ ਬੰਦਾ ਦੂਰ ਤੋਂ ਨਾ ਫੋਨ ਲਾਵੇ ਆਪਾਂ ਦੂਰ ਠੀਕ ਹੈ ਲੋਕਲ ਮਤਲਬ 20-25 ਕਿਲੋਮੀਟਰ ਦੀ ਰੇਂਜ ਦੇ ਵਿੱਚ ਜੋ ਕਿ ਵੀਰ ਕੰਦਾ ਟਰੈਕਟਰ ਲੈ ਕੇ ਜਾਣਾ ਕਰਾਏ ਤੇ ਤਾਂ ਕਰਾਏ ਦੇ ਟਰੈਕਟਰ ਵੀ ਮਿਲ ਜੂ ਅੱਗੇ ਆ ਗਿਆ ਜੀ ਅਰਜਨ ਨੋਵੋ 605 ਡੀਆਈ 2017 ਮਾਡਲ ਆ ਜੀ 17 ਮਾਡਲ ਆ ਨਾਲ ਦਾ ਦਾ ਸਾਰਾ ਕੋਲਾ ਟਾਇਰਾਂ ਦਾ ਕੰਡੀਸ਼ਨ ਸਾਰੀ ਨਾਲ ਦੀ ਅਸੀਂ ਠੀਕ ਹੈ ਸਾਰਾ ਮਤਲਬ origignal ਟਰੈਕਟਰ ਮੈਂ ਕਹਿੰਦਾ ਇੰਜਨ ਜਮਾ ਓਕੇ ਆ ਟਰੈਕਟਰ ਗਾਰੰਟੀ ਵਾਲਾ ਭਾਵੇਂ ਬਾਹ ਕੇ ਬੰਦਾ ਨਹੀਂ ਜਾ ਸਕਦਾ ਬਾਹ ਕੇ ਆਪ ਦੀ تسਲੀ ਕਰਕੇ ਲੈ ਜਾ ਸਕਦਾ ਚੱ 1500 ਘੰਟਾ ਚੱਲਿਆ origignal ਤੇ 6 ਲੱਖ ਤੇ 20000 ਰੁਪਇਆ ਡਿਮਾਂਡ ਆ ਬਈ ਬਿਆੰਤ ਦੀ ਤੇ ਗੱਲ ਇੱਕ ਹੋਰ ਵੀ ਆ ਬਈ ਬਿਆੰਤ ਜਦੋਂ ਬੰਦੇ ਨੇ ਟਰੈਕਟਰ ਲੈਣਾ ਹੁੰਦਾ ਕਿਸਾਨ ਵੀ ਨੂੰ ਪਹਿਲੀ ਉਹਦੀ ਚੋਅ ਐਸੇ ਰਹਿੰਦੀ ਆ ਵੀ ਹੁਣ ਲੈ ਲਈਏ ਤੇ ਸਾਨੂੰ 5 ਸਾਲ ਲੋਡ ਨਾ ਪਵੇ ਤੇ ਉਹ ਲੋਡ ਨਾ ਪਵੇ ਵਾਲੇ ਟਰੈਕਟਰ ਜੇ ਲੈਣੇ ਆ ਤਾਂ ਮਿੱਤਰੋ ਬਈ ਬਿਆੰਤ ਤੋਂ ਹੀ ਮਿਲਣਗੇ ਸਾਨੂੰ ਟਰੈਕਟਰ ਲੈ ਜੇ ਬੰਦਾ ਆਪ ਸਾਂਭ ਕੇ ਚਲਾਵੇ 10 ਸਾਲ ਟਰੈਕਟਰ ਜਿਹੜਾ ਮਰਜੀ 10 ਸਾਲ ਮਰਦਾ ਨਹੀਂ ਹਲੇ ਤੋਂ ਸਹੀ ਗੱਲ ਆ ਜੀ ਆਪ ਆਪ ਚਲਾਊਗਾ ਆਪ ਚਲਾਊਗਾ ਸਾਂਭ ਕੇ ਸੇ ਹੁਣ ਕਿੰਨੇ ਦਾ ਦਵੋਗੇ ਜੀ 610 20000 ਦਾ ਡਿਮਾਂਡ ਹੈ ਜੀ ਹਾਂ 20 ਚੱਕ ਦੋ ਤਲਾ ਦਾ ਵੀ ਕੋਈ ਗੱਲ ਨਹੀਂ ਚੱਕੋ ਮਿੱਤਰੋ 20000 ਰੁਪਏ ਆਉਤਲਾ ਜੱਕ ਦੋ ਬਾਈ ਵਿਅੰਤ ਕਹਿੰਦਾ ਤੇ 6 ਲੱਖ ਰੁਪਏ ਦਾ ਪੂਰੇ ਦਾ ਟਰੈਕਟਰ ਹੈਗਾ ਨੋਵੋ ਤੇ ਕੰਡੀਸ਼ਨ ਦੇਖ ਸਕਦੇ ਹੋ ਸਾਰਾ ਕੁਝ ਨਾਲ ਦਾ ਟਰੈਕਟਰ ਬਾਕੇ ਇੰਜਨ ਦੀ ਪੂਰੀ ਗਾਰੰਟੀ ਵਾਲਾ ਕੰਮ 17 ਮਾਡਲ ਟਰੈਕਟਰ ਵੀ ਆਪਾਂ ਤਾਂ ਲਿਆ ਬੜਾ ਚੰਗਾ ਸਾਫ ਕਰਕੇ ਨਹੀਂ ਆਪਣੇ ਕੋਲੇ ਦੂਜੇ ਨਹੀਂ ਹੁੰਦੇ 20 21 ਮਾਡਲ ਹੀ ਹੁੰਦੇ 20 21 ਮਾਡਲ ਹੀ ਹੁੰਦੇ ਹੈ ਮੰਨ ਕੇ ਚੱਲੋ ਜੇ ਬਾਈ ਵਿਅੰਤ ਨੇ 17 ਮਾਡਲ ਲਿਆ ਤਾਂ ਇਹਦੇ ਵਿੱਚ ਕੋਈ ਗੱ ਠੀਕ ਹੈ ਤੇ ਅੱਗੇ ਆ ਗਿਆ ਜੀ ਸੋਨਾਲੀ ਕਾ ਡੀਆਈ 60 RX ਇਹਦਾ ਮੈਂ ਪਹਿਲਾਂ ਦੇਖ ਕੇ ਆਟਿਆ ਇੱਧਰ ਮਾਰਦੀ ਕੈਮਰਾ ਸਾਰੀਆਂ ਮੋਹਰਾਂ ਤੋਂ ਲਾ ਕੇ ਜਿਵੇਂ ਆ ਦੇਖ ਸਕਦੇ ਹੋ ਏਜੰਸੀਆਂ ਵਾਲੇ ਸਾਰੇ ਸਟੈਂਪਾਂ ਉਮੀ ਲੱਗੀਆਂ ਹੋਆਂ ਤੇ ਬੰਪਰ ਵਾਲ ਆ ਪਈਆਂ ਮੋਹਰਾਂ ਸਟੈਂਪਾਂ ਆ ਦੇਆਂ ਆ ਏਜੰਸੀ ਲਾ ਕੇ ਦਿੰਦੀ ਹੈ ਕਿ ਨਹੀਂ ਬੀਬੀ ਹਾਂ ਜੀ ਹਾਂ ਜੀ ਹਾਂ ਜੀ ਏਜੰਸੀ ਵਾਲਿਆਂ ਮੋਹਰਾਂ ਨੇ ਮਿੱਤਰੋ ਉਹ ਵੀ ਨਹੀਂ ਲੰਘਾਂ ਹਾਂ ਜੀ ਹਾਂ ਜੀ ਤੇ ਹੁਣੇ ਚੱਲਿਆ ਗਿਆ ਕਿੰਨਾ ਕਿਹੜਾ ਟਰੈਕਟਰ 400 ਘੰਟਾ ਚੱਲਿਆ ਸਿਰਫ 2022 ਮਾਡਲ ਆ ਜੀ 2022 ਮਾਡਲ ਆ ਤੇ 400 ਘੰਟੇ ਚੱਲਿਆ ਮਿੱਤਰ ਆ ਟਾਇਰਾਂ ਦੇ ਉੱਤੇ ਮੋਹਰਾਂ ਤੇ ਦਲੇ ਪਾਸੇ ਦੂਜੀ ਸਾਈਡ ਵੀ ਈਮੀ ਆ ਸਾਰੀਆਂ ਜਿੰਨੀਆਂ ਏਜੰਸੀ ਮੋਹਰਾਂ ਲਾ ਕੇ ਕੱਢਦੀ ਏਜੰਸੀ ਦੇ ਵਿੱਚੋਂ ਉਵੇਂ ਹੀ ਲੱਗਿਆ ਹੋਣਾ ਸਾਰਾ ਟਰੈਕਟਰ ਇਹਨਾਂ ਵਾਲਾ ਕੋਈ ਨਾਟੋ ਨਹੀਂ ਖੋਲਿਆ ਇਹ ਜਿਵੇਂ ਕਹਦੀ ਏ ਕਿਸਾਨ ਵੀਰ ਦਾ ਪੂਰੀ ਸਮਾਈ ਚ ਰੱਖਿਆ ਰੱਖਦਾ ਜਿਨੇ ਮੋਹਰ ਵੀ ਨਹੀਂ ਲੈਣ ਦਿੱਤੀ ਡਾਇਰੈਕਟਰ ਦੀ ਅੱਛਾ ਟਰੈਕਟਰ ਜੀ ਤੇ ਇਹ ਹੁਣ ਕਿੰਨਾ ਰੇਟ ਆ ਜੀ ਆਪਣਾ ਮੰਗਦੇ 7.5 ਲੱਖ ਤਾਂ ਵਾਕਈ ਮਾਨਦਾਨੇ ਚੁੱਕੀ ਠੀਕ ਆ 7.5 ਲੱਖ ਰੁਪਈਆ ਡਿਮਾਂਡ ਆ 3 ਸਪੀਡ ਆ ਮਿੱਤਰੋ ਸੋਨਾਲਿਕਾ 60 DI RX 400 ਘੰਟਾ ਚੱਲਿਆ ਤੇ 400 ਘੰਟਾ ਮੰਨ ਕੇ ਚੱਲੋ ਜੇ ਆਪਾਂ ਲਈਏ ਬੈਂਤ ਬਈ ਵੀ 10 ਤੋਂ 12 ਕਿੱਲਾਂ ਦੀ ਖੇਤੀ ਬੰਦੇ ਨੇ ਆਪ ਦੂ ਹੀ ਕਰੀਆ ਉਹ ਦੋ ਟਰੈਕਟਰ ਸੀ ਬੰਦੇ ਕੋਲ ਨਾਲ ਟਰੈਕਟਰ ਹੋਰ ਸੀਗਾ ਠੀਕ ਹੈ ਨੇ ਇਹ ਤਾਂ ਥੋੜਾ ਬਹੁਤ ਹੀ ਕੰਮ ਲਿਆ ਵਾ ਠੀਕ ਹੈ ਤੇ ਜਿਵੇਂ ਇਹਦੇ ਕੰਡੀਸ਼ਨ ਜੀ ਲਾ ਦੀਆ ਮੁੱਲ ਦਾ ਕਦੂ ਚ ਨਹੀਂ ਵੜਿਆ ਹੋਣਾ ਨਹੀਂ ਦਰਾਂਗੇ ਦਾ ਰਹਿ ਜਾ ਮੈਂ ਟਰੈਕਟਰ ਕਦੂ ਚ ਨਹੀਂ ਵੜਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਣ ਲੱਗਾ ਸੀ ਵੀ ਟਰੈਕਟਰ ਕਦੂ ਚ ਨਹੀਂ ਵੜਿਆ ਠੀਕ ਹੈ ਕਦੂ ਦੇ ਵਿੱਚ ਵੀ ਨਹੀਂ ਵੜਿਆ ਤੇ 7.5 ਲੱਖ ਰੁਪਈਆ ਤਾਂ ਹੁਣ ਹੋ ਗਈ ਡਿਮਾਂਡ ਬਈ ਤੁਹਾਨੂੰ ਹਾਂਜੀ ਹਾਂਜੀ ਤਾਂ ਕਿੰਨੇ ਠੀਕ ਹੈ ਜਿਵੇਂ ਇਹ ਕਹਦੀਏ ਜੇ ਬੰਦਾ ਚੱਲ ਕੇ ਆਪਾਂ ਗਾਹਕ ਬਾਜ ਮੁੱਲ ਲਾਵੇ ਪਰ ਆਪਾਂ ਗਾਹਕ ਨੂੰ ਮੋੜਦੇ ਨਹੀਂ ਜਿਵੇਂ ਮੁੱਕ ਦੀ ਗੱਲ ਹੈ ਬਾਈ ਬਿਆਨਤ ਕਹਿੰਦਾ ਵੀ ਪਰਿਵਾਰ ਹੀ ਵੱਡਾ ਕਰਨਾ ਤੇ ਜਿਹੜੇ ਵੀਰ ਨੂੰ ਟਰੈਕਟਰ ਦੇ ਤਾ ਉਹ ਗਾਂ ਤੋਂ ਰਿਸ਼ਤੇਦਾਰਾਂ ਨੂੰ ਵੀ ਦੱਸੇ ਵੀ ਬਾਈ ਬਿਆਨਤ ਨੂੰ ਟਰੈਕਟਰ ਦਿਵਾਉਣਾ ਸਾਨੂੰ ਵੀ ਜੇ ਮੰਨ ਕੇ ਚਲੋ ਵੀ ਤਸੱਲੀ ਵਾਲਾ ਲੈ ਕੇ ਜਾਣਾ ਹਾਂਜੀ ਹਾਂਜੀ ਤੇ ਉਦੋਂ ਅੱਗੇ ਆ ਗਿਆ ਜੀ ਹੌਲੈਂਡ ਸਪੈਸ਼ਲ ਐਡੀਸ਼ਨ 332 ਵੀਲ ਦੇ ਵਿੱਚ 2020 ਮਾਡਲ ਆ ਜੀ 20 ਮਾਡਲ ਆ ਤੇ 740 ਘੰਟੇ ਚੱਲਿਆ ਟਰੈਕਟਰ ਇਹ ਰੇਨਾਲ ਚੱਲਿਆ ਫਰਸਟ ਓਨਰ ਆ ਜੀ ਪੰਜਾਬ ਦਾ ਫਰਸਟ ਟੈਕਨੀਸ਼ੀਅਨ ਇਹਦੀ ਵੀ ਜਮਾਂ ਏਜੰਸੀ ਆ ਲਿਆ ਟਰੈਕਟਰ ਦੀ ਤੇ ਇਹਦੀ ਡਿਮਾਂਡ ਕਿੰਨੀ ਰੱਖੀ ਆ ਜੀ 7 ਲੱਖ 80 ਹਜ਼ਾਰ ਰੁਪਿਆ ਮੰਗਦੀ 7 ਲੱਖ ਤੇ 80 ਹਜ਼ਾਰ ਰੁਪਿਆ ਡਿਮਾਂਡ ਆ ਤੇ ਰੇਟ ਹੁਣ ਕਿੰਨੇ ਕ ਦਾ ਬਣ ਜੂ ਪੰਜਾਬ ਨੰਬਰ ਆ ਜੀ ਇੰਜਨ ਗੇਰ ਓਕੇ ਹੋਊਗਾ ਕਾਗਜ਼ ਪੱਤਰ ਵੀ ਓਕੇ ਹੋਣਗੇ ਓਕੇ ਜੀ ਮੌਕੇ ਤੇ ਹਾਜ਼ਰ ਹਾਂ ਸਭ ਕਸ ਮੌਕੇ ਤੇ ਹਾਜ਼ਰ ਆ ਤੇ ਇਹ ਹੁਣ ਕਿੰਨੇ ਕ ਦਾ ਹੋ ਜੂਗਾ ਬਣ ਜੂਗਾ ਕਰ ਦਾਂਗੇ ਮਾਨ ਤਣ ਕਾਕਦਾ ਆਪਾਂ ਜੰਨਾ ਵੀ ਕਰ ਸਕਦੇ ਆ ਆਪਣੀ ਇਹ ਕੋਸ਼ਿਸ਼ ਹੁੰਦੀ ਆ ਵੀ ਗਾਹਕ ਜਦੋਂ ਘਰੇ ਆ ਗਿਆ ਹਾਂਜੀ ਵੀ ਗਾਹਕ ਨੂੰ ਮੋੜੋ ਨਾ ਠੀਕ ਐ ਵੀ ਥੋੜੇ ਤੋਂ ਥੋੜ ਤੇ ਜਿਵੇਂ ਕਹ ਰਹੀਏ ਇੱਕ ਵਾਰ ਡਿਮਾਂਡ ਆ ਗਈ ਮਿੱਤਰੋ 7 ਲੱਖ 80 ਹਜ਼ਾਰ ਰੇਟ ਆ ਜਿਹੜਾ ਉਹ ਮੌਕੇ ਦਾ ਹੈਗਾ ਇੱਕ ਵਾਰ ਤੁਸੀਂ ਆਉਂਗੇ ਚੀਜ਼ ਆਪਦੀ ਪਸੰਦ ਕਰ ਲਓ ਤੇ ਖੱਬਾ ਸੱਜਾ ਕਰਕੇ ਟਰੈਕਟਰ ਵਜਿਹਾ ਦੇ ਦੇ 60 ਹਜ਼ਾਰ 60 ਹਜ਼ਾਰ ਦਾ ਟਰੈਕਟਰ ਦੇ 20000 ਰੁਪਏ ਘਟਜੂ 7 ਲੱਖ ਤੇ 60 ਹਜ਼ਾਰ ਦਾ ਟਰੈਕਟਰ ਰਹਿ ਗਿਆ ਮਿੱਤਰੋ ਇਹ 7 ਲੱਖ 60 ਹਜ਼ਾਰ ਤੇ 20000 ਰੁਪਏ ਮੰਨ ਕੇ ਚਲੋ ਆ ਟਰੈਕਟਰ ਦੇ ਵਿੱਚੋਂ ਉੱਡ ਗਿਆ ਤੇ ਅੱਗੇ ਆ ਗਿਆ ਜੀ ਸੋਨਾਲੀਕਾ 60 ਬਾਲਡ ਟਰੈਕਾ 18 ਮਾਡਲ 4x4 18 ਮਾਡਲ ਤੇ ਇਹ ਕਿੰਨਾ ਕਿ ਚੱਲਿਆ ਜੀ ਟਰੈਕਟਰ ਇਹ 1000 ਘੰਟਾ ਚੱਲਿਆ ਆਪਣਾ ਲੋਕਲ ਹੀ ਨੰਬਰ ਹੈ ਵਿਚਗਰਾਮ ਦਾ 1000 ਘੰਟਾ ਚੱਲਿਆ ਜੀ ਤੇ ਲੋਕਲ ਜਗਰਾਮ ਦਾ ਨੰਬਰ ਹੀ ਆ ਜੀ ਖੇਤੀ ਖੇਤੀ ਤੇ ਟਰੈਕਟਰ ਚੱਲਿਆ ਵਾ ਸਾਰਾ ਰੀਨਲ ਆ ਕੋਈ ਨਾਟ ਨਾ ਖੋਲਿਆ ਨਾ ਕੋਈ ਰੰਗ ਪੈਂਟ ਹੋਇਆ ਸਾਰਾ ਰੀਨਲ ਆ ਤੇ ਜਿਵੇਂ ਕਹ ਦੀਏ ਬੇਲਰ ਬੁਦਰ ਵਾਲੇ ਵੀਰ ਵਾਸਤੇ ਪੂਰੀ ਘੈਂਟ ਚੀਜ਼ ਆ। ਪੂਰੀ ਘੈਂਟ ਬੇਲਰ ਵਾਸਤੇ ਸੁਪਰ ਸਿੱਟ ਵਾਲ ਤੇ ਮੁੱਕੀ ਮੁੱਕੀ ਵਾਲੀ ਚਲਾਉਣੀਆਂ ਤੇ ਪਾਓ ਤੇ ਕੋਈ ਵੀ ਵੱਡੇ ਕੰਮ ਤੇ ਜਿੱਥੇ ਮਰਜ਼ੀ ਲਾ ਦੇ। ਠੀਕ ਐ 4x4 ਆ ਤੇ ਇਹ ਹੁਣ ਕਿੰਨੀ ਡਿਮਾਂਡ ਆ ਜੀ ਟਰੈਕਟਰ ਦੀ? ਇਹਦਾ ਮੰਗਦਦਾ ਵੀਰੇ ਹੈਗਾ 7 ਲੱਖ 5000। ਠੀਕ ਐ। ਬਾਕੀ ਜਿਵੇਂ ਗਾਹਕ ਕਹੂਗਾ ਮਾਨਤਾ ਨੂੰ ਜ਼ਰੂਰ ਕਰਾਂਗੇ ਆਪਾਂ। 7 ਲੱਖ ਤੇ 5000 ਡਿਮਾਂਡ ਆ ਮਿੱਤਰੋ 5000 ਜੇ ਤਾਂ ਆਪਾਂ ਚੱਕ ਹੀ ਦਿੰਨੇ ਆ 7 ਲੱਖ ਪੂਰਾ ਰਹਿ ਗਿਆ ਇਹ ਟਰੈਕਟਰ ਦਾ ਤੇ ਪੰਜਾਬ ਨੰਬਰੀਆ ਇਹ ਟਰੈਕਟਰ ਆ। ਹਾਂ ਇਹ ਤਾਂ ਇੱਕ ਗਿਫਟ ਵਾਲਾ ਗਾਮੀਆ ਮਿੱਤਰੋ 7 ਲੱਖ ਦੇ ਵਿੱਚ ਤੁਹਾਨੂੰ ਸਾਰਾ ਮਾਡਲ 4x4 ਉਹ ਵੀ ਹਜ਼ਾਰ ਘੰਟਾ ਚੱਲਿਆ ਹਜ਼ਾਰ ਘੰਟਾ ਚੱਲਿਆ ਸਭ ਤੋਂ ਵੱਡੀ ਗੱਲ ਕੋਈ ਮੇਰੇ ਕੋਲੇ ਵੀ ਖੜਿਆ ਕੋਈ 4 ਵੀਲ ਟਰੈਕਟਰ ਦੱਸਦਾ 12-12 ਲੱਖ ਦੇ ਹੁੰਦੇ ਆ ਨਹੀਂ 7 ਲੱਖ ਚ 4 ਵੀਲ ਐਡਾ ਟਰੈਕਟਰ ਮਿਲਦਾ ਕਿੱਦੋਂ ਨਹੀਂ ਮਿਲਣਾ ਮਿੱਤਰੋ ਉਹ ਵੀ ਸਾਫ਼ ਸੁਥਰਾ ਪੂਰਾ ਸਾਫ਼ਾ ਟਰੈਕਟਰ ਦੇ ਪਲੇਟਫਾਰਮ ਜਿੰਮੇ ਕੀਦੀ ਏਜੰਸੀ ਕਿਨੂੰ ਹੀ ਲੱਗਿਆ ਆਉਂਦਾ ਸਾਰਾ ਇਹ ਦਾਵਾ ਜਵੇਂ ਨਵਾਂ ਆ ਹੀਟ ਗਾਰਡ ਲੱਗੇ ਹੋਏ ਨੇ ਮਿੱਤਰੋ ਤੇ ਟਰੈਕਟਰ ਪੂਰੀ ਚੰਗੀ ਕੰਡੀਸ਼ਨ ਦੇ ਵਿੱਚ ਆ ਹਾਂਜੀ ਹਾਂਜੀ ਉਹ ਦੂਗਿਆਗਾ ਜੀ ਹੌਲੈਂਡ 373 ਦਾ ਵੱਡਾ ਭਾਈ ਜਿਵੇਂ ਕਹਦੀ ਹੈ ਨਾ ਹਾਂਜੀ ਹੌਲੈਂਡ 55 ਵੀ ਆ ਗਿਆ ਜੀ 4/4 2023 ਮਾਡਲ ਆ ਜੀ 2023 ਮਾਡਲ ਆ ਤੇ ਜਿਵੇਂ ਕਹਦੀ ਹੈ ਟਾਇਰ ਟੂਰ ਦਾਸਦਿਆ ਵੀ ਚੱਲਿਆ ਵੀ ਥੋੜੇ ਹੀ ਕਿੰਨੇ ਕ ਘੰਟੇ ਚੱਲਿਆ ਜੀ ਇਹ 400 ਤੇ ਕੁਛ ਘੰਟੇ ਚੱਲਿਆ ਸੀ 400 ਦੇ ਘੰਟੇ ਦੇ ਆਸ-ਪਾਸ ਹੀ ਚੱਲਿਆ ਮਿੱਤਰੋ ਜਿਵੇਂ ਕਹਦੀ ਹੈ ਹਜ਼ਾਰ ਤੋਂ ਥੱਲੇ ਥੱਲੇ ਸੂਈ ਫਿਰਦੀ ਆ ਤੇ ਕਲਾ 17 ਮਾਡਲ ਆ ਜਿਹੜਾ 1500 ਘੰਟੇ ਵਾਲਾ ਬਾਈ ਕੋਲ ਉਹ ਵੀ ਆਪਾਂ ਤਾਂ ਲੈਂਦਾ ਇੱਕ ਚੀਜ਼ ਕਰਕੇ ਉਹ ਵੀ ਐ ਮੰਨ ਕੇ ਚੱਲੋ ਜੇ 17 ਮਾਡਲ ਆ ਤੇ 6 ਸਾਲਾਂ ਦੇ ਵਿੱਚ 1500 ਘੰਟਾ ਚੱਲਿਆ ਤੇ ਪੂਰੀ ਸਮਾਈ ਚੱਲਿਆ ਵਾ ਹਾਂਜੀ ਹਾਂਜੀ ਤਾਂ ਹੀ 1500 ਚੱਲਿਆ ਨਹੀਂ ਤਾਂ ਬਹੁਤ ਚਲੇ ਜਾਂਦੇ ਆ ਟਰੈਕਟਰ ਹਾਂਜੀ ਤੇ ਇਹ 23 ਮਾਡਲ ਆ 4 400 ਘੰਟੇ ਦੇ ਆਸ-ਪਾਸ ਚੱਲਿਆ ਤਾਂ ਇਹ ਕਿੰਨੇ ਦਾ ਬਣ ਜੂ ਜੀ ਇਹ 12 ਲੱਖ 65000 ਰੁਪਏ ਡਿਮਾਂਡ ਆ ਜੀ 12 ਲੱਖ 65000 ਰੁਪਏ ਡਿਮਾਂਡ ਆ ਹਾਂਜੀ 15000 ਛੋਡੇ ਕਹਿਣ ਤੇ ਆ ਬਹੁਤ ਲਾ ਚੱਕਦਾ 15000 ਰੁਪਿਆ ਮਿੱਤਰੋ ਇਹਦੇ ਚੋਂ ਘਟਜੂ 1265 ਦੇ ਵਿੱਚੋਂ 12.5 ਲੱਖ ਰੁਪਿਆ ਇਹ ਤਾਂ ਟਰੈਕਟਰ ਬੰਦ ਹੋ ਗਿਆ ਜਮਨ ਨਵਾਈਆਂ ਵਾਲੇ ਉਹ ਸੇਟ ਉੱਤੇ ਦੇ ਲਫਾਫੇ ਦੇ ਚੜੇ ਵੇ ਨਵਾਈ ਟਰੈਕਟਰ ਵਾਲੇ 400 ਘੰਟਿਆਂ ਦਾ ਜਿਵੇਂ ਕਿਰੀ ਕੁਝ ਵੀ ਨਹੀਂ ਹੁੰਦਾ ਬਈ ਜਾਨ ਤਾਂ ਇਹਦੀ ਸਰਵਿਸ ਵੀ ਨਵੀਂ ਹੋਈ ਆ ਬਸ ਪਹਿਲੀ 50 ਘੰਟੇ ਤੇ ਹੋਈ ਸੀ ਠੀਕ ਹੈ ਦੂਜੀ ਹੁਣ 350 ਤੇ ਇਹ ਸਰਵਿਸ ਨਵੀਂ ਹੋਈ ਆ ਠੀਕ ਹੈ ਸਰਵਿਸ ਨਵੀਂ ਹੋਈ ਆ ਤੇ ਮਿੱਤਰੋ ਇੱਥੇ ਮਾਰੀ ਮੜਾ ਕੈਮਰਾ ਦੇਖ ਸਕਦੇ ਹੋ ਮਿੱਤਰੋ ਜਿਵੇਂ ਕਹ diel ਇੰਜਨ ਵਾਲੇ ਪਾਸੇ ਵੀ ਪੇਂਟ ਦੇ ਵਿੱਚ ਸੂਰਜ ਵੱਜ ਕੇ ਮੋੜਦਾ ਵੱਜ ਕੇ ਨਵਾਂ ਜੀ ਇਹ ਤਾਂ ਟਰੈਕਟਰ ਜਮਾਂ ਨਾ ਪੂਰੀ ਸਮਾਈ ਦੇ ਵਿੱਚ ਆ ਤੇ ਜਮਾਂ ਨਵਾਂਗਾ ਤੇ 400 ਘੰਟਾ ਚੱਲਿਆ ਤੇ 12.5 ਲੱਖ ਰੁਪਏ ਦੇ ਆਸ-ਪਾਸ ਇਹ ਬਣ ਜਾਣਾ 23 ਦੇ ਫਰਬਰੀ ਪੂਰੀ ਮਾਰਚ ਚ ਆਇਆ ਜੀ ਇਹ ਠੀਕ ਹੈ ਮਾਰਚ ਫਰਬਰੀ ਦੇ ਵਿੱਚ ਹੀ ਆਇਆ ਤੇ ਅੱਗੇ ਹੈਗਾ ਜੀ 963 2020 ਮਾਡਲ ਤੇ ਕੰਡੀਸ਼ਨ ਇਹਦੀ ਵੀ ਪੂਰੀ ਚੰਗੀ ਪਈਆ 600 600 ਘੰਟਾ ਚੱਲਿਆ ਜੀ ਟਰੈਕਟਰ ਵੀ 600 ਘੰਟਾ ਚੱਲਿਆ ਸਾਰਾ ਕੋ ਨਾਲ ਦਾ ਦਾ ਜੀ ਸਾਰਾ ਨਾਲ ਦਾ ਆਵ ਨੰਬਰ ਆ ਵੀ ਫਸਟ ਹਾਂ ਪੰਜਾਬ ਨੰਬਰ ਆ ਜੀ ਫਰਸਟ ਓਨਰ ਆ ਤੇ ਸਾਰਾ ਕੁਝ ਨਾਲ ਦਾ 8 ਲੱਖ ਤੇ 35000 22 ਬਿਆੰਤ ਦੀ ਡਿਮਾਂਡ ਆ 4/4 963 ਹਾਂਜੀ ਹਾਂਜੀ ਤੇ ਇਹ ਮਾਰਦਾ ਫਕਾਰੇ ਜਿਵੇਂ ਕਹਦੀ ਆ ਨਾ 65 ਐਚਪੀ ਜਾਜੀ ਦੋਨੇ ਟਰੈਕਟਰ ਉਹ ਟਰੈਕਟਰ ਵੀ 65 ਐਚਪੀ ਠੀਕ ਹੈ ਤੇ ਇਹ ਹੁਣ ਕਿੰਨੇ ਕ ਦਾ ਬਣ ਜੂਗਾ ਜੀ 8 ਲੱਖ 35000 20000 ਐਚੋ ਘਟਾ ਦਿਓ 20000 ਰੁਪਿਆ ਘਟ ਗਿਆ ਮਿੱਤਰੋ ਜਿਹੜਾ ਵੀਡੀਓ ਦੇਖ ਕੇ ਆਉਂਦਾ ਸ਼ੇਅਰ ਕਰਕੇ ਆਉਂਦਾ ਤੇ ਸ਼ੇਅਰ ਵਾਲਾ ਬਟਨ ਜ਼ਰੂਰ ਦਬ ਕੇ ਆਇਓ ਤੇ 8 ਲੱਖ 15000 ਦਾ ਰਹਿ ਗਿਆ ਸ਼ੇਅਰ ਕਰਕੇ ਆਵੇ ਉਹ ਚੋਂ ਪੰਜ ਚਾਰ ਹੋਰ ਵੀ ਮਾਨ ਕਰ ਲੈ ਵੀ ਮਿੱਤਰੋ ਜਿਹੜਾ ਬੰਦਾ ਸਿਰ ਵਾਲਾ ਬਟਨ ਦੱਬ ਕਿਉਂਦਾ ਪੰਜ ਚਾਰ ਹਜ਼ਾਰ ਦਾ ਹੋਰ ਵੀ ਮਾਨਤਨ ਹੋ ਜੂ ਤੇ 8 ਲੱਖ ਤੇ ਜਿਵੇਂ ਕਹ ਜੀ ਇਹ 20 ਪਹਿਲਾਂ ਕੱਟ ਗਿਆ ਸੀ ਪੰਜ ਚਾਰ ਜੇ ਸ਼ੇਅਰ ਕਰ ਕਿਉਂਗੇ ਹੋਰ ਹੋ ਜੂ ਤੇ 8 ਲੱਖ 10 ਕੇ ਦੇ ਆਸ-ਪਾਸ ਹੀ ਰਹਿ ਜੂ 10-12 ਦੇ ਟਰੈਕਟਰ ਤੇ ਟਰੈਕਟਰ 65 HP ਦੇ ਵਿੱਚ ਇੰਨਾ ਚੱਲਿਆ 600 ਘੰਟਾ ਚੱਲਿਆ ਤੁਹਾਨੂੰ ਕਿਤੋਂ ਨਹੀਂ ਮਿਲਣਾ ਕਿ ਨਹੀਂ ਬਈ ਬੰਤ ਹਾਂ ਜੀ ਹਾਂ ਜੀ ਇਹ ਵੀ ਵੱਡੀ ਗੱਲ ਆ 600 ਘੰਟਾ ਚੱਲਿਆ ਟੌਪ ਮਾਡਲ ਟਰੈਕਟਰ ਆ ਜੀ ਕੋਈ ਨਹੀਂ ਨੰਦਾ ਤੇ ਉੱਤੋਂ 4x4 ਤੇ ਅੱਗੇ ਆ ਗਿਆ ਜੀ ਸੋਨਾਲੀਕਾ ਇਹ 2023 ਮਾਡਲ ਆ ਇਹ 23 ਮਾਡਲ ਆ ਤੇ ਜਿਵੇਂ ਤੁਹਾਨੂੰ ਪਹਿਲਾਂ ਸਟੈਂਪਾਂ ਦਿਖਾਈਆਂ ਮਿੱਤਰੋ ਉਹ ਕਿੰਨਾ ਮਾਡਲ ਸੀ ਉਹ 22 ਸੀਗਾ ਤੇ ਇਹ 23 ਆ ਤੇ ਆ ਪਈਆਂ ਜਿਹੜੀਆਂ ਵੀ ਉਵੇਂ ਇਸ ਟਾਈਮ ਇਹ ਵੀ ਉਵੇਂ ਪਈ ਤਾਂ ਆਈ ਜੀ ਹੁਣ ਜੂਨ ਚ ਆ ਇਹ ਤੁਹਾਨੂੰ ਤਾਂ ਚੈੱਕ ਕਰਾਈਆਂ ਗਿਆ ਜਿਵੇਂ ਕਹਿੰਦਾ ਬੰਦਾ ਕਹਿੰਦਾ ਦੀ ਵੀ ਉਹਦੀ ਉਹੀ ਦਿਖਾਈ ਜਾਂਦੇ ਆ ਤੇ ਆ 30 ਮਾਡਲ ਇਹ 2023 ਦਾ ਜੂਨ ਚ ਆ ਜੀ ਕਰੀ ਕੈਮਰਾ ਆ ਪਈਆਂ ਮਿੱਤਰੋ ਮੇ ਮੋਰਾ ਤੇ ਆ ਸਾਰੇ ਅਰੀਜਨਲ ਟਰੈਕਟਰ ਆ ਜੀ 23 ਮਾਡਲ ਆ ਤੇ ਇਹ ਕਿੰਨੀ ਕੀ ਡਿਮਾਂਡ ਆ ਜੀ ਦੀ ਇਹ ਜੂਨ ਮਹੀਨੇ ਚ ਆਇਆ ਬਰਿਆ 500 ਘੰਟਾ ਚੱਲਿਆ ਆ 500 ਘੰਟਾ ਚੱਲਿਆ ਜੀ 23 ਦੇ ਜੂਨ ਮਹੀਨੇ ਚ ਆਇਆ ਵਾ 7,80,000 ਰੁਪਇਆ ਮੰਗਦੇ ਆ ਮਾਨਤਾਨੇ ਚੋਂ ਵੀ ਹੋਊਗਾ ਮਾਨਤਾਨ ਹੋ ਜੂ ਮਿੱਤਰੋ 7,80,000 ਰੁਪਇਆ ਇਹਦੀ ਡਿਮਾਂਡ ਆ ਮਲਟੀ ਸਪੀਡ ਆ ਹਾਂਜੀ ਹਾਂਜੀ ਥਰੀ ਸਪੀਡ ਆ ਜੀ ਥਰੀ ਸਪੀਡ ਦੇ ਵਿੱਚ ਟਾਪ ਮਾਡਲ ਆ ਜੀ ਚੇਂਜਰ ਵਾਲਾ ਟਾਪ ਮਾਡਲ ਆ ਆਈ ਪੀਟੀਓ ਵਾਲਾ ਆਈ ਪੀਟੀਓ ਆ ਹਾਂਜੀ ਤੇ 7 ਲੱਖ 80 ਹਜ਼ਾਰ ਜੇ ਮੈਂ ਇਹ ਤਾਂ ਆਪਾਂ ਐ ਕਹਿ ਸਕਦਾ ਮੈਂ ਤਾਂ ਜੇ ਕੋਈ ਬੰਦਾ ਵੀਰ ਕਹਿੰਦਾ ਵੀ ਮੈਂ ਨਮਾ ਟਰੈਕਟਰ ਲੈਣਾ ਨਮਾ ਨਾ ਰਾਮਾ ਹੀ ਹੋਇਆ ਵਾਲੇ ਬਸ ਤੇ ਐ ਮੰਨ ਕੇ ਚਲੋ ਇੱਧਰ ਆ ਜਿੰਨੇ ਦਾ ਬੰਦੇ ਦੇ ਪੈਸੇ ਵਾਜ ਜਾਂਦੇ ਆ ਹਾਂ ਮੈਂ ਸਸਤਾ ਟਰੈਕਟਰ ਆ ਨੇ ਨਵੇਂ ਦਾ ਨਮਾ ਬਾਕੀ ਜੇ ਕੋਈ ਗਾ ਕੋ ਉ ਤਾਂ ਲੋਨ ਆਪਾਂ ਵੀ ਕਰਵਾ ਦਿਆਂਗੇ ਠੀਕ ਆ ਲੋਨ ਦੀ ਸ਼ਬਦਾ ਹੈਗੀ ਹੈਗੀ ਆ ਉਹ ਸਭ ਤੋਂ ਪਹਿਲਾਂ ਮਿੱਤਰੋ ਕਿਉਂਕਿ ਜਦੋਂ ਬੰਦੇ ਨੇ ਕਿਸੇ ਕਿਸਾਨ ਵੀਰ ਨੇ ਟਰੈਕਟਰ ਲੈਣਾ ਹੁੰਦਾ 60 HP 65 HP ਜ਼ਿਆਦਾਤਰ ਆਪਾਂ ਦੇ ਜਿਹੜਾ ਬੰਦਾ ਲੂਣ ਦੀ ਇਹ ਕਰਕੇ ਲੈਂਦਾ ਲੈਂਦਾ ਹੀ ਲੈਂਦੇ ਵੀ ਹੌਲੀ ਹੌਲੀ ਤਾਰ ਕੇ ਟਰੈਕਟਰ ਆਪਾਂ ਰੱਖ ਲਾਂਗੇ ਹਨਾ ਫਰੀ ਕਰ ਲਾਂਗੇ ਚਲੋ ਖੇਤੀ ਕਰਕੇ ਤੇ ਉਦੋਂ ਅੱਗੇ ਆ ਗਿਆ ਜੀ DI 60 ਵੀਵੀ ਮਲਟੀ ਸਪੀਡਾ ਚੇਂਜਰ ਵਾਲਾ ਜੀ ਵੀ ਹੈ ਨਾ 2020 ਮਾਡਲ ਚੇਂਜਰ ਵਾਲਾ ਜੀ 3 ਸਪੀਡਾ ਚੇਂਜਰ ਵਾਲਾ ਜੀ 3 ਸਪੀਡਾ ਟਾਪ ਮਾਡਲ ਉਹਦਾ ਹੀ ਫਰਕ ਹੈ ਡੀਆਈ ਸ਼ੋਆ ਹੋ ਰਾ ਆਰਐਕਸ ਠੀਕ ਹੈ ਉਹ ਆਰਐਕਸ ਉਹ ਆਈ ਡੀਆਈ ਸ਼ੋਆ ਇਹ ਵੀ ਮਾਡਲ ਆ ਤੇ ਚੱਲਿਆ ਮਿੱਤਰੋ ਇਹ ਵੀ 800 ਘੰਟੇ ਹੀ ਆ 800 ਮਿੰਟ ਚੱਲਿਆ ਨਾਲ ਦੇ ਟਾਇਰ ਪਏ ਆ ਦੇ 80 80 ਨਾਲ ਦੇ ਟਾਇਰ ਆ ਤੇ ਟਾਇਰ ਨਾਲ ਦੇ ਆ ਦੇਖ ਸਕਦੇ ਹੋ ਮਿੱਤਰੋ ਇਹਦੇ ਵੀ ਸਟੈਂਪਾ ਟਾਇਰਾਂ 'ਤੇ ਗੋਮੀ ਲੱਗੀਆਂ ਹੋਈਆਂ ਤੇ ਇਹਨਾਂ ਨੂੰ ਚਾਬੀ ਨਹੀਂ ਲੱਗੀ ਤਾਂ ਕਰਕੇ ਨਾਲ ਦੇ ਟਾਇਰ ਹੀ ਆ ਜਾਵਾ ਤੇ ਇੱਥੋਂ ਵਾਲੀਆਂ ਮੋਹਰਾਂ ਤਾਂ ਡੇਗੀਆਂ ਤੇ ਏ ਮਿੱਤਰੋ 800 ਘੰਟਾ ਚੱਲਿਆ ਵੀ ਮਾਡਲ ਤੇ ਰੇਟ ਹੈਗਾ ਜੀ 6,60,000 ਰੁਪਿਆ ਮੰਗਦੇ ਆ ਜੀ ਇਹਦਾ 6,60,000 ਰੁਪਿਆ ਮਿੱਤਰੋ ਡਿਮਾਂਡ ਆ ਤੇ ਤੁਸਾਨੂੰ ਐ ਲਾ ਲਓ ਵੀ ਲੈਣ ਲਈ ਪਈ ਆ ਬਈਆਂ ਤੇ ਦੀ 12 ਤੋਂ 13 ਟਰੈਕਟਰਾਂ ਦੇ ਤੁਸਾਨੂੰ ਦਰਸ਼ਨ ਕਰਾਤੇ ਤੇ ਸਾਰੇ ਟਰੈਕਟਰ ਭੈਗੇ ਤੁਸੀਂ ਆਉਣ ਚੇ ਲੇਟ ਹੋਗੇ ਅਸੀਂ ਥੋੜਾ ਜਿਹਾ ਲੇਟ ਪਹਿਲਾਂ ਬਲਾਈ ਚਾਰ ਕੇ ਟਰੈਕਟਰ ਭੈਗੇ ਠੀਕ ਹੈ ਉਦਦੇ ਸੀਗੇ 15 ਟਰੈਕਟਰ 16 ਠੀਕ ਹੈ ਜੀ ਤੇ ਇਹ ਹੁਣ 7,60,000 ਰੁਪਿਆ ਮੰਗ 6,60,000 6,60,000 ਤਾਂ ਹੋਗੀ ਡਿਮਾਂਡ ਛੋਟੀ ਹਾਂਜੀ ਹਾਂਜੀ ਇਹ ਕਿੰ ਇਹ ਇੱਕ ਸਰੇ ਵਾਲਾ ਟਰੈਕਟਰ ਆ ਜਿਵੇਂ ਤੁਸੀਂ ਕਹੋਗੇ ਮੈਂ ਕਰ ਦਾਂਗੇ ਆਪਾਂ ਜਿਵੇਂ ਲਾਸਟ ਵਾਲ ਆ ਗਿਆ ਜੀ ਹੈਨਾ ਹਾਂ ਹਾਂ ਬੱਸ ਜਿਵੇਂ ਤੁਹਾਨੂੰ ਫਰਾਂ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਕਰੀਨ ਸ਼ਾਟ ਲਿਆ ਕੇ ਬਾਈ ਬਿਆੰਤ ਨੂੰ ਦਿਖਾ ਦਿਓ ਵੀ ਅਸੀਂ ਆਹ ਵੀਡੀਓ ਦੇਖ ਕੇ ਭਈ ਆਏ ਆ ਤੇ ਆਹ ਪਿਆ ਸਕਰੀਨ ਸ਼ਾਟ ਇਹਦਾ ਰੇਟ ਤੁਸੀਂ ਦੱਸ ਦਿਓ ਜੀ 6,60,000 ਡਿਮਾਂਡ ਹੋਊਗੀ ਤੇ 20,000 ਰੁਪਏ ਘਟਜੂ 6,40,000 ਦਾ ਟਰੈਕਟਰ ਰਹਿ ਗਿਆ ਮਿੱਤਰੋ ਇਹ ਤੇ ਲੋਨ ਦੀ ਸੌਦਾ ਹੈਗੀ ਆ ਪੰਜਾਬ ਨੰਬਰ ਆ ਟਰੈਕਟਰ ਤੇ ਇਹ ਟਰੈਕਟਰ ਦੇ ਮਿੱਤਰੋ ਸਭ ਤੋਂ ਵੱਡੀ ਗੱਲ ਇਹ ਸਾਨੂੰ ਕਿਵੇਂ ਚਾਚਾ ਸਾਰਾ Ориਜਨਲ ਆ ਸਾਰੀਆਂ ਸਟੈਂਪਾਂ ਉਵੇਂ ਪਈਆਂ ਤੇ ਚੇਂਜਰ ਵਾਲਾ ਤੇ 3 ਸਪੀਡ ਦਾ ਅੱਜ ਦੀ ਘੜੀ ਟਾਈਮ ਆ ਬਾਕੀ ਕੋਈ ਕਾਹ ਕਹਿੰਦਾ ਵੀ ਮੈਂ ਰ ਇਸ ਨੇ ਲੰਮੀ ਸ਼ੋ ਵਾਲਾ ਡੀਆ ਹੀ ਲੈਣਾ ਹਾਂਜੀ ਤੇ ਡਿਮਾਂਡ ਵੀ ਵੱਧ ਆਈ ਟਰੈਕਟਰ ਦੀ ਆਰਐਕਸ ਨਾਲੋਂ ਜੇ ਕਹੀਏ ਸੁਣੋ ਅਗਲਾ ਕਹਿੰਦਾ ਮੈਂ ਡੀਆਈ ਲੈਣਾ ਤੇ ਟਰੈਕਟਰ ਮਿੱਤਰੋ ਸਭ ਤੋਂ ਪਹਿਲਾਂ ਕੋਸ ਤਾਂ ਬਈ ਬਿਆੰਤ ਦੀ ਹੀ ਰਹਿੰਦੀ ਆ ਵੀ ਵਧੀਆ ਤੇ ਸਾਫ਼ ਲੈ ਜਾਣ ਲਾਦਾ ਲਈ ਦਈ ਆਪਾਂ ਦਾ ਘੱਟ ਚੱਲੇ ਟਰੈਕਟਰ ਜੇ ਕੋਈ ਪੁਰਾਣਾ ਮਾਡਲ ਟਰੈਕਟਰ ਆਉਂਦਾ ਵੀ ਆ ਕੋਈ 14 15 ਮਾਡਲ ਟਾਇਰ ਨਹੀਂ ਹੁੰਦੇ ਆਪਾਂ ਉਹ ਕੋਈ ਉਵੇਂ ਨਹੀਂ ਰਹਿਣ ਦਿੰਦੇ ਫਿਰ ਨਵੇਂ ਪਾ ਦਿੱਤੇ ਜਿਵੇਂ ਕਹਦੀਏ ਬਈ ਬਿਆੰਤ ਵਾਲਾ ਵੀ ਏਜੰਸੀ ਵਾਲਾ ਗਾਮੀ ਆ ਜਦੋਂ ਬੰਦਾ ਬਈ ਬਿਆੰਤ ਤੋਂ ਟਰੈਕਟਰ ਲੈ ਗਿਆ ਆ ਉਹ ਵੀਰ ਕਿਸਾਨ ਵੀਰ ਨੂੰ 5 ਸਾਲ ਝਾਕਨ ਦੀ ਨਾਲ ਤਾਂ ਟੈਰਾਂ ਕੰਨੀ ਲੋੜ ਪਵੇ ਨਾ ਹੀ ਜਣਕਨੀ ਲੋੜ ਪਵੇ ਦੂਜੀ ਬੇਨਤੀ ਗਾਹਕ ਨੂੰ ਇਹ ਕਰਦਾ ਮੈਂ ਹਾਂਜੀ ਵੀ ਫੋਨ ਤੇ ਰੇਟ ਨਹੀਂ ਮੋਕਦਾ ਹੁੰਦਾ ਟਰੈਕਟਰ ਹੁੰਦਾ ਨਵੇਂ ਆਪਣੇ ਕੋਲੇ ਹਾਂਜੀ ਵੀ ਗਾਹਕ ਘਰੇ ਆਵੇ ਅਸੀਂ ਮੋੜਦੇ ਨਹੀਂ ਟਰੈਕਟਰ ਦੇ ਕੇ ਤੋਰਾਂਗੇ ਗਾਹਕ ਨੂੰ ਆ ਜਾਵੇ ਟਰੈਕਟਰ ਦੇਖ ਲਵੇ ਗਾਹਕ ਆਪ ਹੀ ਕਹੂਗਾ ਮੈਂ ਲੈ ਕੇ ਜਾਣਾ ਹਾਂਜੀ ਕਈ ਬੰਦੇ ਫੋਨ ਤੇ ਕਹਿੰਦਾ ਇੰਨੇ ਦਾ ਦੇ ਨੇ ਇੰਨੇ ਦਾ ਉਹ ਟ੍ਰੈਟ ਦੀ ਕੰਡੀਸ਼ਨ ਦੇਖੀ ਨਹੀਂ ਹੁੰਦੀ ਗਾਹਕ ਦੀ ਗੱਲ ਆਵੇ ਟਰੈਕਟਰ ਦੇਖੇ ਪਰ ਸਾਡੀ ਕੋਸ਼ਿਸ਼ ਆ ਵੀ ਗਾਹਕ ਨੂੰ ਨਹੀਂ ਮੋੜਦੇ ਟਰੈਕਟਰ ਜਿਵੇਂ ੁੱਡੀ ਗੱਲ ਵਿੱਚ ਹੈਗੀ ਚੀਜ਼ ਚ ਵਿਚ ਬੰਦੇ ਕੀ ਕਰਦੇ ਆ 22 ਮਾਈ 22 ਮਾਡਲ ਟਰੈਕਟਰ ਹੁੰਦਾ ਸਾਲ ਦੇ ਵਿੱਚ ਜਖਣਾ ਵੜ ਦਿੰਦੇ ਟਰੈਕਟਰ ਦੀ ਚਲਾਈ ਕਿਉਂਕਿ ਜਿਦਾ ਬੰਦਾ ਆਪ ਚਲਾਉ ਸੁਮਾਈ ਚ ਚਲਾਉ ਜਿਹੜਾ ਡਰਾਈਵਰਾਂ ਦੇ ਹੱਥ ਚੱਲਦਾ ਟੁੱਟ ਭੱਜ ਵਾਲੀ ਹੁੰਦੀ ਉਹ ਤੁਹਾਨੂੰ ਸਸਤਾ ਵੀ ਮਿਲ ਜੂਗਾ ਸਸਤਾ ਵੀ ਮਿਲ ਜੂਗਾ ਤੇ ਜਿਵੇਂ 22 ਬਿਆਨਤ ਕਹਿੰਦਾ ਇਹ ਚੱਕਦੇ ਆ ਸਿੱਧੇ ਕਿਸਾਨ ਵੀਰ ਤੋਂ ਟਿੱਟੀ ਵਾਲੇ ਟਰੈਕਟਰ ਹੁੰਦੇ ਆਪਣੇ ਕੋਲ ਟਰਾਲੇ ਰੁੱਲੇ ਵਾਲੇ ਨਹੀਂ ਹੁੰਦੇ ਤੇ ਇਹ ਪੂਰੇ ਸਾਫ਼ ਹੀ ਹੁੰਦੇ ਆ ਤੇ ਨਵੀਂ ਕੰਡੀਸ਼ਨ ਦੇ ਵਿੱਚ ਹੁੰਦੇ ਹੁਣ ਆਪ ਸਾਹਬ ਲਾ ਲਓ ਜਿਹੜਾ ਚੰਗੀ ਚਲਾਈ ਦੇ ਵਿੱਚੋਂ ਆਇਆ ਵਾ ਟਰੈਕਟਰ ਘੱਟ ਚੱਲਿਆ ਵਾ ਤੁਹਾਨੂੰ ਅ ਤੋ ਉਹਦਾ ਮੁੱਲ ਤਾਂ ਦੂਜੇ ਨਾਲੋਂ ਆਟੋਮੈਟ ਕੀ ਥੋੜਾ ਜਿਆਦਾ ਵੱਧ ਮਿਲੂਗੀ ਮਿਲੂਗਾ ਜੇ ਤੁਸੀਂ ਚੰਗੀ ਚੀਜ਼ ਲਾਉਗੇ ਬਾਕੀ ਕਾਪੀ ਕਾਜ ਜਾਂਦੀ ਅਗਲੇ ਦਿਨਾਂ ਹੁਣ ਤੱਕ ਆਪਣੀ ਗਾਰੰਟੀ ਆ ਨਾ ਹੁਣ ਤੱਕ ਦੀ ਗਾਰੰਟੀ ਆ ਮਿੱਤਰੋ ਬਾਕੀ ਸਾਨੂੰ ਪਤਾ 4-500 ਘੰਟੇ ਜੇ ਇੰਜਨ ਨੂੰ ਵੀ ਕੁਝ ਹੁੰਦਾ ਹੀ ਨਹੀਂ ਸੀਜ਼ਨ ਦੀ ਗਾਰੰਟੀ ਆਪਾਂ ਲੈ ਲਾਂਗੇ ਬਈ ਬਿਆੰਤ ਤੋਂ ਦੇ ਦੇਾਂਗੇ ਯਾਰ ਸੀਜ਼ਨ ਦੀ ਗਾਰੰਟੀ ਬੰਦਾ ਚਲਾਵੇ ਵਧੀਆ ਸਾਹਮ ਕੇ ਚਲਾਵੇ ਜੇ ਆਪ ਚਲਾਉਂਗੇ ਤਾਂ ਸੀਜ਼ਨ ਦੀ ਗਾਰੰਟੀ ਆ ਮਿੱਤਰੋ ਕਿਉਂਕਿ 23 ਮਾਡਲ ਜਿਹੜਾ 400 ਘੰਟਾ ਚੱਲੇ ਇੰਜਨ ਨੂੰ ਹੋਣੀ ਕੁਝ ਨਹੀਂ ਗਾ ਤੇ ਦੱਬ ਕੇ ਕਰਦੋ ਵੀਡੀਓ ਨੂੰ ਸ਼